ਸੜਕ 'ਤੇ ਲੰਮੇ ਪਾ ਕੇ ਜਿੰਨੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ, ਪੁਲਿਸ ਵੱਲੋਂ ਉਸ ਨੂੰ ਇੰਨੇ ਜ਼ਾਲਮਾਨਾ ਤਰੀਕੇ ਦੇ ਨਾਲ ਕੁੱਟਣ ਅਤੇ ਜਲੀਲ ਕਰਨ ਤੋਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਇਹਨਾਂ ਦੇ ਮਨ ਦੇ ਵਿੱਚ ਉਸ ਲਈ ਜਨਮਾਂ ਜਨਮਾਂ ਤੋਂ ਨਫ਼ਰਤ ਭਰੀ ਹੋਵੇ। ਮੈਨੂੰ ਨਹੀਂ ਪਤਾ ਉਹਨੇ ਕੀ ਜੁਰਮ ਕੀਤਾ ਹੋਣਾ, ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਉਹਦੇ ਜੁਰਮ ਤੋਂ ਵੱਧ ਕਸੂਰ ਸ਼ਾਇਦ ਉਹਦਾ ਸਿੱਖ ਹੋਣਾ ਹੋਵੇ। ਇਹ ਸਭ ਦੇਖ ਕੇ ਲੱਗਦਾ ਕਿ ਕੀ ਅਸੀਂ ਕਿਤੇ ਆਜ਼ਾਦ ਹੈਗੇ ਹਾਂ, ਅਸੀਂ ਸਾਰੇ ਭਾਰਤ ਵਾਸੀ ਅੱਜ ਵੀ ਗੁਲਾਮ ਹਾਂ ਖਾਕੀ ਵਰਦੀ ਦੇ। ਮੈਂ ਇਹਨੂੰ ਕੋਈ ਹਿੰਦੂ ਸਿੱਖ ਦਾ ਮਸਲਾ ਨਹੀਂ ਕਹਿਣਾ ਚਾਹੁੰਦਾ, ਬਲਕਿ ਸਾਰੇ ਦੇਸ਼ ਦੀ ਪੁਲਿਸ ਦਾ ਇਹੀ ਹਾਲ ਹੈ। ਇਹ ਲੋਕ ਆਪਣਾ ਗੁਲਾਮ ਸਮਝਦੇ ਸਾਨੂੰ ਸਾਰੇ ਲੋਕਾਂ ਨੂੰ, ਅਤੇ ਲੋਕਾਂ ਦੇ ਵਿੱਚ ਇਹਨਾਂ ਦੀ ਅੱਤਵਾਦੀਆਂ ਜਿੰਨੀ ਦਹਿਸ਼ਤ ਹੈ, ਇਹਨਾਂ ਦਾ ਇਹ ਜਿਹੜਾ ਅਕਸ ਹੈ ਉਹ ਕਦੀ ਠੀਕ ਨਹੀਂ ਹੋ ਸਕਦਾ ਕਿ ਕਾਲੇ ਕਾਗ ਨਾ ਹੋਣ ਬੱਗੇ ਭਾਵੇਂ 100 ਮਣ ਸਾਬਣ ਲੱਗੇ। ਹਾਲਾਤ ਇਹ ਬਣ ਗਏ ਦੇਸ਼ ਦੀ ਪੁਲਿਸ ਦੇ ਕਿ ਜਿਨ੍ਹਾਂ ਲੋਕਾਂ ਨੂੰ ਪੁਲਿਸ ਤੋਂ ਡਰਨਾ ਚਾਹੀਦਾ ਉਹ ਡਰਦੇ ਹੀ ਨਹੀਂ, ਅਤੇ ਜਿਨ੍ਹਾਂ ਸ਼ਰੀਫ ਲੋਕਾਂ ਨੂੰ ਨਹੀਂ ਡਰਨਾ ਚਾਹੀਦਾ ਉਹ ਥਰ ਥਰ ਕੰਬਦੇ ਆ, ਕਿਉਂਕਿ ਪੁਲਿਸ ਤੋਂ ਵੱਡੇ ਗੈਂਗਸਟਰ ਡਾਕੂ ਅਤੇ ਅੱਤਵਾਦੀ ਕੋਈ ਵੀ ਨਹੀਂ ਹੋ ਸਕਦਾ। ਇਹ ਕੋਈ ਪਹਿਲੀ ਘਟਨਾ ਥੋੜ੍ਹੀ ਆ ਦਿੱਲੀ ਵਾਲੀ, ਰੋਜ਼ ਇਹੀ ਚੱਲਦਾ, ਕਦੀ ਪੰਜਾਬ 'ਚ, ਕਦੀ ਯੂਪੀ ਦੇ ਵਿੱਚ, ਕਦੀ ਹਰਿਆਣੇ ਦੇ ਵਿੱਚ, ਕਦੀ ਮੱਧ ਪ੍ਰਦੇਸ਼ ਦੇ ਵਿੱਚ, ਇਹ ਸਾਰੇ ਦੇਸ਼ ਦਾ ਇਹੋ ਹਾਲ ਬਣ ਕੇ ਰਹਿ ਗਿਆ। ਪੁਲਿਸ ਵਾਲਾ ਜਿੰਨਾ ਮਰਜ਼ੀ ਵੱਡਾ ਕ੍ਰਾਈਮ ਕਰੇ, ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਉਹਨੂੰ 10 ਦਿਨ ਲਈ ਸਸਪੈਂਡ ਕਰ ਦਿੱਤਾ ਜਾਂਦਾ, 10 ਦਿਨ ਬਾਅਦ ਲੋਕ ਭੁੱਲ ਜਾਂਦੇ ਆ, ਫਿਰ ਉਹ ਆਪਣੀ ਡਿਊਟੀ ਦੇ ਉੱਤੇ ਆ ਕੇ ਜਿਹੜਾ ਉਹ ਕੰਮ ਕਰਨ ਲੱਗ ਪੈਂਦਾ। ਮੈਂ ਹਵਾ 'ਚ ਗੱਲਾਂ ਨਹੀਂ ਕਰਦਾ, ਮੈਂ ਮਿਸਾਲ ਦੇ ਨਾਲ ਗੱਲ ਕਰਦਾ ਕਿ ਅੰਮ੍ਰਿਤਸਰ 'ਚ ਇੱਕ ਆਈ ਜੀ ਜਿਹੜਾ ਉਹ ਕੁੜੀ ਦਾ ਰੇਪ ਕਰਦਾ, ਪਰਚਾ ਦਰਜ ਹੁੰਦਾ, ਉਹ ਸਸਪੈਂਡ ਹੁੰਦਾ ਅਤੇ ਪੈਸੇ ਅਤੇ ਆਪਣੀ ਤਾਕਤ ਦੇ ਨਾਲ ਉਹ ਰਾਜ਼ੀਨਾਮਾ ਕਰਦਾ, ਪਰਚਾ ਵੀ ਖਤਮ ਹੋ ਜਾਂਦਾ, ਸਸਪੈਂਸ਼ਨ ਵੀ ਖਤਮ ਹੋ ਜਾਂਦੀ ਆ ਅਤੇ ਉਹ ਅੱਜ ਫਿਰ ਡਿਊਟੀ ਕਰਨ ਡਿਆ। ਕਪੂਰਥਲੇ ਦਾ SHO ਕੁੜੀ ਦੀ ਦਰਖਾਸਤ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਉਹਨੂੰ ਡੇਟ 'ਤੇ ਜਾਣ ਲਈ ਕਹਿੰਦਾ, ਫਿਰ ਉਹ ਸਸਪੈਂਡ ਹੋ ਜਾਂਦਾ ਅਤੇ ਵੇਖਦੇ ਹਾਂ ਉਹ ਕਿੰਨੇ ਦਿਨ ਸਸਪੈਂਡ ਰਹਿੰਦਾ ਜਾਂ ਇਸ ਤੋਂ ਵੱਧ ਉਹਨੂੰ ਕੋਈ ਸਜ਼ਾ ਮਿਲਦੀ ਆ। ਯੂਪੀ 'ਚ ਔਰਤਾਂ ਨੂੰ ਇਸੇ ਤਰ੍ਹਾਂ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਕੀ ਬਣਿਆ, ਅੱਜ ਤੱਕ ਸ਼ਾਇਦ ਉਹ ਸਸਪੈਂਡ ਵੀ ਨਹੀਂ ਹੋਏ। ਫਰੀਦਕੋਟ 'ਚ ਪੁਲਿਸ ਵੱਲੋਂ ਮੁੰਡਾ ਚੁੱਕ ਕੇ ਲਾਸ਼ ਵੀ ਖੁਰਦ ਬੁਰਦ ਕਰ ਦਿੱਤੀ ਜਾਂਦੀ ਹੈ ਅਤੇ ਕੋਈ ਕਾਰਵਾਈ ਨਹੀਂ ਹੁੰਦੀ ਕਿ ਹੁਆ ਅਪਹਰਨ ਕਾਨੂੰਨ ਕਾ ਪੂਰੀ ਜਨਤਾ ਮੌਨ, ਦੋਸ਼ੀ ਥਾਣੇਦਾਰ ਹੈ ਰਪਟ ਲਿਖਾਏ ਕੌਣ। ਰਾਜੇ ਮਹਾਰਾਜਿਆਂ ਦੇ ਸਮੇਂ ਤੋਂ ਪੁਲਿਸ ਬਣੀ ਹੈ ਔਰ ਇਹਨਾਂ ਦਾ ਕੰਮ ਹੁੰਦਾ ਸੀਗਾ ਕਿ ਹਰ ਕਮਿਊਨਿਟੀ 'ਚ, ਹਰ ਸੁਸਾਇਟੀ 'ਚ ਮਾੜੇ ਬੰਦੇ ਹੁੰਦੇ ਆ, ਉਹਨਾਂ ਨੂੰ ਕੰਟਰੋਲ ਕਰਨ ਲਈ ਇਹਨਾਂ ਨੂੰ ਲੋਕਾਂ ਦੇ ਦਿੱਤੇ ਟੈਕਸ ਦੇ ਵਿੱਚੋਂ ਪੈਸੇ ਜਿਹੜੇ ਦਿੱਤੇ ਜਾਂਦੇ ਸੀ ਉਹਦੇ ਨਾਲ ਇਹਨਾਂ ਨੂੰ ਤਨਖਾਹ ਮਿਲਦੀ ਸੀ ਕਿ ਇਹ ਲੋਕਾਂ ਦੀ ਸੁਰੱਖਿਆ ਕਰ ਸਕਣ, ਅਤੇ ਜੇ ਇਹ ਖੁਦ ਹੀ ਇਹ ਮਾੜੇ ਜਿਹੜੇ ਕੰਮ ਕਰਨ ਲੱਗ ਪਏ ਫਿਰ ਇਸ ਦੇਸ਼ ਦਾ ਰੱਬ ਹੀ ਰਾਖਾ, ਸਾਡੀ ਪੁਲਿਸ ਚਲਾਨ ਕੱਟ ਸਕਦੀ ਹੈ, ਪੈਸੇ ਲੈ ਸਕਦੀ ਹੈ, ਕੁੱਟ ਲੋਕਾਂ ਨੂੰ ਮਾਰ ਕੁੱਟ ਕਰ ਸਕਦੀ ਹੈ, ਪਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ। ਕਿਸੇ ਦਾ ਪੁੱਤ ਮਰਿਆ ਹੋਵੇ, ਕਿਸੇ ਦੀ ਬੇਟੀ ਦਾ ਰੇਪ ਹੋਇਆ ਹੋਵੇ, ਪੁਲਿਸ ਪੀੜਤਾਂ ਤੋਂ ਵੀ ਪੈਸੇ ਲੈਂਦੀ ਹੈ, ਕਦੀ ਦੋਸ਼ੀਆਂ 'ਤੇ ਰੇਡ ਕਰਨ ਲਈ ਗੱਡੀ 'ਚ ਤੇਲ ਪਾਉਣ ਦੇ ਨਾਮ ਦੇ ਉੱਤੇ, ਕਦੀ ਚਲਾਨ ਪੇਸ਼ ਕਰਨ ਲਈ ਕਾਗਜ਼ਾਂ ਦੇ ਨਾਮ ਦੇ ਉੱਤੇ। ਵੱਡੇ ਵੱਡੇ ਕ੍ਰਾਈਮ ਜਿਵੇਂ ਗੋਲੀ ਚੱਲਦੀ ਹੈ, ਰੇਪ ਹੁੰਦਾ ਹੈ, ਇਹਨਾਂ ਕੇਸਾਂ 'ਚ ਵੀ ਪੁਲਿਸ ਕਈ ਦਿਨ ਪਰਚਾ ਦਰਜ ਨਹੀਂ ਕਰਦੀ, ਬਲਕਿ ਰਾਜ਼ੀਨਾਮਾ ਕਰਾਉਣ 'ਚ ਲੱਗ ਜਾਂਦੀ ਹੈ ਪੈਸੇ ਲੈ ਕੇ ਅਮੀਰ ਆਦਮੀਆਂ ਕੋਲੋਂ, ਕਿਉਂਕਿ ਗਰੀਬ ਨੂੰ ਜੀਣ ਦਾ ਅਤੇ ਇਨਸਾਫ ਦਾ ਕੋਈ ਹੱਕ ਹੀ ਨਹੀਂ ਹੈਗਾ। ਭਾਰਤ ਦੇ ਵਿੱਚ ਇੱਕ ਸੁਪਰਵਾਈਜ਼ਰ ਰੱਖਿਆ ਹੋਵੇ ਨਾ ਫੈਕਟਰੀ ਦੇ ਵਿੱਚ, ਸਿਰਫ 10,000 ਰੁਪਈਆ ਤਨਖਾਹ ਲੈਂਦਾ, ਅਤੇ ਉਹ ਫੈਕਟਰੀ ਜਾਂ ਦੁਕਾਨ 'ਤੇ ਜਿੱਥੇ ਵੀ ਰੱਖਿਆ ਹੋਵੇ ਉਹਦੀ ਜ਼ਿੰਮੇਵਾਰੀ ਹੁੰਦੀ ਹੈ, ਦੁਕਾਨ 'ਚ ਚੋਰੀ ਨਾ ਹੋਵੇ, ਦੁਕਾਨ 'ਚ ਕੋ ਅਭੀਨਵੀ ਨਾ ਹੋਵੇ, ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ। ਪਰ ਲੱਖਾਂ ਰੁਪਈਆ ਤਨਖਾਹਾਂ ਲੈਣ ਵਾਲੇ SHO ਜੇ ਉਹਦੇ ਇਲਾਕੇ 'ਚ ਕਿਤੇ ਲੁੱਟ ਹੋ ਜੇ, ਚੋਰੀ ਹੋ ਜੇ, ਰੇਪ ਹੋ ਜੇ, ਕਤਲ ਹੋ ਜੇ, ਉਹਦੀ ਜ਼ਿੰਮੇਵਾਰੀ ਕਿਤੇ ਵੀ ਨਹੀਂ ਅੱਜ ਤੱਕ ਤੈਅ ਕੀਤੀ ਜਾਂਦੀ, ਜਦਕਿ ਉਹਨੂੰ ਤਨਖਾਹ ਜਿਹੜੀ ਉਹ ਜੁਰਮ ਰੋਕਣ ਦੀ ਮਿਲਦੀ ਹੈ, ਅਤੇ ਜੇ ਪੁਲਿਸ ਕੰਮ ਵੀ ਕਰਦੀ ਹੈ ਤਾਂ ਸਿਰਫ ਅਮੀਰਾਂ ਲਈ ਅਤੇ ਤਗੜੇ ਪੋਲੀਟੀਸ਼ੀਅਨ ਲਈ। ਆਜ਼ਮ ਖਾਂ ਜਿਹੜਾ ਯੂਪੀ ਦਾ ਮੰਤਰੀ ਰਿਹਾ, ਉਹਦੀ ਗੁਆਚੀ ਜਿਹੜੀ ਮੱਝ ਆ ਉਹ 3 ਦਿਨਾਂ 'ਚ ਲੱਭ ਸਕਦੀ ਹੈ, ਪਰ ਕਿਸੇ ਗਰੀਬ ਦਾ ਕਾਤਲ 3-3 ਸਾਲ ਨਹੀਂ ਲੱਭਦਾ। ਗਰੀਬ ਦਾ ਤਾਂ ਉਹ ਹਾਲ ਹੈ ਕਿ ਨਾ ਤੜਪਨੇ ਕੀ ਇਜਾਜ਼ਤ ਹੈ, ਨਾ ਫਰਿਆਦ ਕੀ, ਘੁੱਟ ਘੁੱਟ ਕੇ ਮਰ ਜਾਓ, ਯਹੀ ਮਰਜ਼ੀ ਹੈ ਮੇਰੇ ਸਯਾਦ ਕੀ।
ਭਾਰਤੀਆਂ ਕੋਲ ਤੇ ਸਿਰਫ ਇੱਕ ਹੀ ਤਰੀਕਾ ਰਹਿ ਗਿਆ ਜਿਹੜਾ ਇਨਸਾਫ ਲੈਣ ਦਾ, ਉਹ ਹੈਗਾ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ ਵਟਸਐਪ, ਉਹਦੇ ਰਾਹੀਂ ਜੇ ਇਨਸਾਫ ਮਿਲ ਜੇ ਨਹੀਂ ਤੇ ਕੋਈ ਇਨਸਾਫ ਦੀ ਆਸ ਨਹੀਂ ਹੈਗੀ। ਮੈਂ ਤੇ ਫਿਰ ਇਹ ਕਹੂੰਗਾ ਕਿ ਸਾਡੇ ਆਪਣਿਆਂ ਦੇ ਰਾਜ ਕਰਨ ਨਾਲੋਂ ਤੇ ਕਿਤੇ ਅੰਗਰੇਜ਼ ਜ਼ਿਆਦਾ ਚੰਗੇ ਸੀ ਜਿਹੜੇ ਸਾਡੇ ਤੇ ਰਾਜ ਕਰਦੇ ਸੀ, ਕਿਉਂਕਿ ਅੱਜ ਵੀ ਜੇ ਸਾਨੂੰ ਕਿਤੇ ਇਨਸਾਫ ਦਵਾ ਰਹੇ ਆ, ਸਾਰੇ ਸਾਡੇ ਮੁੱਦੇ ਚੁੱਕ ਰਹੇ ਆ ਪੰਜਾਬ ਦੇ, ਤੇ ਉਹ ਫੇਸਬੁੱਕ ਤੇ ਵਟਸਐਪ ਆ, ਸੋਸ਼ਲ ਮੀਡੀਆ ਦੇ ਉੱਤੇ ਮੁੱਦੇ ਚੁੱਕੇ ਜਾਂਦੇ ਆ। ਫਿਰ ਤੇ ਮੈਂ ਇਹੋ ਕਹੂੰਗਾ ਕਿ ਫੇਸਬੁੱਕ ਦਾ ਜਿਹੜਾ ਮਾਲਕ ਹੈ ਮਾਰਕ ਜ਼ੁਕਰਬਰਗ, ਉਹਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿਓ, ਤੇ ਵਟਸਐਪ ਦਾ ਜਿਹੜਾ ਮਾਲਕ ਹੈ ਜੈਨਕੌਮ, ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿਓ, ਸ਼ਾਇਦ ਭਾਰਤ ਦੇ ਹਾਲਾਤ ਸੁਧਰ ਜਾਣ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਵੀ ਪੁੱਛਣਾ ਚਾਹੁੰਦਾ ਕਿ ਤੁਸੀਂ ਬੜਾ ਘੁੰਮਦੇ ਹੋ ਬਾਹਰਲੇ ਮੁਲਕਾਂ ਦੇ ਵਿੱਚ, ਵੱਡੇ ਵੱਡੇ ਬੰਦਿਆਂ ਨੂੰ ਮਿਲਦੇ ਹੋ, ਕਦੇ ਟਰੰਪ ਨੂੰ, ਕਦੇ ਪੁਤਿਨ ਨੂੰ, ਕਦੇ ਟਰੂਡੋ ਨੂੰ, ਤੇ ਉਹਨਾਂ ਨਾਲ ਗੱਲਾਂ ਕਰਦੇ ਹੋ ਅੱਤਵਾਦ ਖਤਮ ਕਰਨ ਦੀਆਂ। ਉਹਨਾਂ ਨੇ ਅੱਗੋਂ ਕਦੀ ਤੁਹਾਨੂੰ ਇਹ ਗੱਲ ਨਹੀਂ ਕਹੀ ਅੱਤਵਾਦ ਬਾਅਦ ਚੋਂ ਨਜਿੱਠ ਲਿਓ, ਜੋ ਤੁਹਾਡੇ ਆਪਣੇ ਦੇਸ਼ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ, ਪਹਿਲਾਂ ਉਹਨਾਂ ਨੂੰ ਰੋਕ ਲਓ, ਹਿੰਸਕ ਪੁਲਿਸ ਕਹਿ ਲਓ ਜਾਂ ਅੱਤਵਾਦੀ ਪੁਲਿਸ ਕਹਿ ਲਓ, ਇਹ ਤੇ ਕੰਟਰੋਲ ਨਹੀਂ ਹੁੰਦੀ ਸਾਥੋਂ, ਤੇ ਗੱਲਾਂ ਅਸੀਂ ਅੱਤਵਾਦ ਨੂੰ ਕੰਟਰੋਲ ਕਰਨ ਦੀਆਂ ਕਰਦੇ ਹਾਂ। ਜਿਹੜੇ ਘਰ 'ਚ ਅੱਤਵਾਦੀ ਬੈਠੇ ਆ, ਜਿਨ੍ਹਾਂ 'ਚ ਰੇਪਿਸਟ, ਚੋਰ, ਕਾਤਲ, ਲੁੱਟਾਂ ਖੋਹਾਂ ਕਰਨ ਵਾਲੇ ਤੇ ਦਰਿੰਦੇ ਪੁਲਿਸ ਵਾਲੇ ਆ, ਪਹਿਲਾਂ ਇਹਨਾਂ ਨੂੰ ਖਤਮ ਕਰੋ, ਪਾਕਿਸਤਾਨ ਨਾਲ ਫੇਰ ਹੋ ਜਾਇਓ ਜਿਵੇਂ ਤੁਸੀਂ ਬਾਲਾਕੋਟ 'ਚ ਕੀਤਾ। ਉਸੇ ਤਰੀਕੇ ਦੇਸ਼ 'ਚ ਬੈਠੇ ਦੇਸ਼ ਦੇ ਜਿੰਨੇ ਦੁਸ਼ਮਣ ਆ, ਜਿਹੜੇ ਕ੍ਰਾਈਮ ਕਰਨ ਵਾਲੇ ਆ, ਇਹਨਾਂ ਸਾਰਿਆਂ ਨੂੰ ਇੱਕੋ ਥਾਂ 'ਤੇ ਇਕੱਠੇ ਕਰਕੇ ਇਹਨਾਂ ਦੇ ਉੱਤੇ ਵੀ ਸਰਜੀਕਲ ਸਟ੍ਰਾਈਕ ਕਰਕੇ ਇਹਨਾਂ ਦਾ ਸਫਾਇਆ ਕਰ ਦਿਓ। ਨਾਸਾ ਵਰਗਾ, ਪਿੱਛੇ ਜੇ ਮੈਂ ਬਿਆਨ ਸੁਣਦਾ ਸੀਗਾ ਕਿ ਨਾਸਾ ਵਰਗਾ ਆਪਣਾ ਸਪੇਸ ਸੈਂਟਰ ਖੋਲ੍ਹਣ ਦੀਆਂ ਤੁਸੀਂ ਗੱਲਾਂ ਕਰਨ ਵਾਲੇ ਹੋ, ਪਹਿਲਾਂ ਘਰ 'ਚ ਬੈਠੇ ਅੱਤਵਾਦੀਆਂ ਦੀਆਂ ਨਾਸਾਂ 'ਤੇ ਬੰਦ ਕਰ ਲਓ। 384,400 ਕਿਲੋਮੀਟਰ ਦੂਰ ਚੰਦਰਮਾ 'ਤੇ ਜਾਣ ਤੋਂ ਪਹਿਲਾਂ 150 ਫੁੱਟ ਡੂੰਘੇ ਬੋਰ 'ਚ ਜਾਣ ਦਾ ਰਸਤਾ 'ਤੇ ਲੱਭ ਲਓ। ਸੋ ਕਹਿਣ ਦਾ ਮਤਲਬ ਹੈ ਕਿ ਡਿਜੀਟਲ ਇੰਡੀਆ, ਸਮਾਰਟ ਇੰਡੀਆ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਣੀ ਵੀ ਜ਼ਰੂਰੀ ਹੈ। ਅਖੀਰ 'ਚ ਮੈਂ ਪੁਲਿਸ ਵਾਲਿਆਂ ਨੂੰ ਇਹੀ ਕਹੂੰਗਾ ਕਿ ਆਪਣਾ ਅਕਸ ਸੁਧਾਰੋ, ਅਮਨ ਪਸੰਦ ਲੋਕਾਂ 'ਚ ਆਪਣੀ ਦਹਿਸ਼ਤ ਖਤਮ ਕਰੋ, ਕਿਉਂਕਿ ਅੱਜ ਦੀ ਤਰੀਕ 'ਚ ਤੁਹਾਡੇ ਹਾਲਾਤ ਇਹ ਹੈ ਕਿ ਜਿਨ੍ਹੇ ਹਮ ਹਾਰ ਸਮਝ ਬੈਠੇ ਥੇ ਗਲਾ ਆਪਣਾ ਸਜਾਨੇ ਕੋ, ਵਹੀ ਅਬ ਨਾਗ ਬਨ ਬੈਠੇ ਹਮੀ ਕੋ ਕਾਟ ਖਾਨੇ ਕੋ। ਅਸੂਲੋਂ ਪਰ ਅਗਰ ਆਂਚ ਆਏ ਤੋ ਟਕਰਾਉਣਾ ਜ਼ਰੂਰੀ ਹੈ, ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ। ਮੈਂ ਗੱਲ ਕਰਨ ਲੱਗਾ ਪਿਛਲੇ ਦਿਨੀ ਦਿੱਲੀ ਪੁਲਿਸ ਵੱਲੋਂ ਜਿਵੇਂ ਇੱਕ ਸਰਦਾਰ ਅਤੇ ਉਸਦੇ ਬੇਟੇ ਨੂੰ ਸੜਕ 'ਤੇ ਲੰਮੇ ਪਾ ਕੇ ਜਿੰਨੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ, ਪੁਲਿਸ ਵੱਲੋਂ ਉਸਨੂੰ ਇੰਨੇ ਜ਼ਾਲਮਾਨਾ ਤਰੀਕੇ ਦੇ ਨਾਲ ਕੁੱਟਣ ਅਤੇ ਜਲੀਲ ਕਰਨ ਤੋਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਇਹਨਾਂ ਦੇ ਮਨ ਦੇ ਵਿੱਚ ਉਸ ਲਈ ਜਨਮਾਂ ਤੋਂ ਨਫ਼ਰਤ ਭਰੀ ਹੋਵੇ। ਮੈਨੂੰ ਨਹੀਂ ਪਤਾ ਉਹਨੇ ਕੀ ਜੁਰਮ ਕੀਤਾ ਹੋਣਾ, ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਉਹਦੇ ਜੁਰਮ ਤੋਂ ਵੱਧ ਕਸੂਰ ਸ਼ਾਇਦ ਉਹਦਾ ਸਿੱਖ ਹੋਣਾ ਹੋਵੇ। ਇਹ ਸਭ ਦੇਖ ਕੇ ਲੱਗਦਾ ਕਿ ਕੀ ਅਸੀਂ ਕਿਤੇ ਆਜ਼ਾਦ ਹੈਗੇ ਹਾਂ? ਅਸੀਂ ਸਾਰੇ ਭਾਰਤ ਵਾਸੀ ਅੱਜ ਵੀ ਗੁਲਾਮ ਹਾਂ ਖਾਕੀ ਵਰਦੀ ਦੇ। ਮੈਂ ਇਹਨੂੰ ਕੋਈ ਹਿੰਦੂ ਸਿੱਖ ਦਾ ਮਸਲਾ ਨਹੀਂ ਕਹਿਣਾ ਚਾਹੁੰਦਾ, ਬਲਕਿ ਸਾਰੇ ਦੇਸ਼ ਦੀ ਪੁਲਿਸ ਦਾ ਇਹੀ ਹਾਲ ਹੈ। ਇਹ ਲੋਕ ਆਪਣਾ ਗੁਲਾਮ ਸਮਝਦੇ ਸਾਨੂੰ ਸਾਰੇ ਲੋਕਾਂ ਨੂੰ, ਤੇ ਲੋਕਾਂ ਦੇ ਵਿੱਚ ਇਹਨਾਂ ਦੀ ਅੱਤਵਾਦੀਆਂ ਜਿੰਨੀ ਦਹਿਸ਼ਤ ਹੈ, ਇਹਨਾਂ ਦਾ ਇਹ ਜਿਹੜਾ ਅਕਸ ਹੈ ਕਦੀ ਠੀਕ ਨਹੀਂ ਹੋ ਸਕਦਾ ਕਿ ਕਾਲੇ ਕਾਗ ਨਾ ਹੋਣ ਬੱਗੇ ਭਾਵੇਂ 100 ਮਣ ਸਾਬਣ ਲੱਗੇ। ਹਾਲਾਤ ਇਹ ਬਣ ਗਏ ਦੇਸ਼ ਦੀ ਪੁਲਿਸ ਦੇ ਕਿ ਜਿਨ੍ਹਾਂ ਲੋਕਾਂ ਨੂੰ ਪੁਲਿਸ ਤੋਂ ਡਰਨਾ ਚਾਹੀਦਾ ਉਹ ਡਰਦੇ ਹੀ ਨਹੀਂ, ਤੇ ਜਿਨ੍ਹਾਂ ਸ਼ਰੀਫ ਲੋਕਾਂ ਨੂੰ ਨਹੀਂ ਡਰਨਾ ਚਾਹੀਦਾ ਉਹ ਥਰ ਥਰ ਕੰਬਦੇ ਆ, ਕਿਉਂਕਿ ਪੁਲਿਸ ਤੋਂ ਵੱਡੇ ਗੈਂਗਸਟਰ, ਡਾਕੂ ਤੇ ਅੱਤਵਾਦੀ ਕੋਈ ਵੀ ਨਹੀਂ ਹੋ ਸਕਦਾ। ਇਹ ਕੋਈ ਪਹਿਲੀ ਘਟਨਾ ਥੋੜ੍ਹੀ ਹੈ ਦਿੱਲੀ ਵਾਲੀ, ਰੋਜ਼ ਇਹੀ ਚੱਲਦਾ, ਕਦੀ ਪੰਜਾਬ 'ਚ, ਕਦੀ ਯੂਪੀ ਦੇ ਵਿੱਚ, ਕਦੀ ਹਰਿਆਣੇ ਦੇ ਵਿੱਚ, ਕਦੀ ਮੱਧ ਪ੍ਰਦੇਸ਼ ਦੇ ਵਿੱਚ, ਇਹ ਸਾਰੇ ਦੇਸ਼ ਦਾ ਇਹੋ ਹਾਲ ਬਣ ਕੇ ਰਹਿ ਗਿਆ। ਪੁਲਿਸ ਵਾਲਾ ਜਿੰਨਾ ਮਰਜ਼ੀ ਵੱਡਾ ਕ੍ਰਾਈਮ ਕਰੇ, ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਉਹਨੂੰ 10 ਦਿਨ ਲਈ ਸਸਪੈਂਡ ਕਰ ਦਿੱਤਾ ਜਾਂਦਾ, 10 ਦਿਨ ਬਾਅਦ ਲੋਕ ਭੁੱਲ ਜਾਂਦੇ ਆ, ਫਿਰ ਉਹ ਆਪਣੀ ਡਿਊਟੀ ਦੇ ਉੱਤੇ ਆ ਕੇ ਜਿਹੜਾ ਉਹ ਕੰਮ ਕਰਨ ਲੱਗ ਪੈਂਦਾ। ਮੈਂ ਹਵਾ 'ਚ ਗੱਲਾਂ ਨਹੀਂ ਕਰਦਾ, ਮੈਂ ਮਿਸਾਲ ਦੇ ਨਾਲ ਗੱਲ ਕਰਦਾ ਕਿ ਅੰਮ੍ਰਿਤਸਰ 'ਚ ਇੱਕ IG ਜਿਹੜਾ ਉਹ ਕੁੜੀ ਦਾ ਰੇਪ ਕਰਦਾ,
ਪਰਚਾ ਦਰਜ ਹੁੰਦਾ ਉਹ ਸਸਪੈਂਡ ਹੁੰਦਾ ਤੇ ਪੈਸੇ ਤੇ ਆਪਣੀ ਤਾਕਤ ਦੇ ਨਾਲ ਉਹ ਰਾਜ਼ੀਨਾਮਾ ਕਰਦਾ, ਪਰਚਾ ਵੀ ਖਤਮ ਹੋ ਜਾਂਦਾ, ਸਸਪੈਂਸ਼ਨ ਵੀ ਖਤਮ ਹੋ ਜਾਂਦੀ ਆ ਤੇ ਉਹ ਅੱਜ ਫਿਰ ਡਿਊਟੀ ਕਰਨ ਡਿਆ। ਕਪੂਰਥਲੇ ਦਾ SHO ਕੁੜੀ ਦੀ ਦਰਖਾਸਤ ਤੇ ਕਾਰਵਾਈ ਕਰਨ ਤੋਂ ਪਹਿਲਾਂ ਉਹਨੂੰ ਡੇਟ ਤੇ ਜਾਣ ਲਈ ਕਹਿੰਦਾ, ਫਿਰ ਉਹ ਸਸਪੈਂਡ ਹੋ ਜਾਂਦਾ ਤੇ ਵੇਖਦੇ ਹਾਂ ਕਿੰਨੇ ਦਿਨ ਸਸਪੈਂਡ ਰਹਿੰਦਾ ਜਾਂ ਇਸ ਤੋਂ ਵੱਧ ਉਹਨੂੰ ਕੋਈ ਸਜ਼ਾ ਮਿਲਦੀ ਆ। UP 'ਚ ਔਰਤਾਂ ਨੂੰ ਇਸੇ ਤਰ੍ਹਾਂ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਤੇ ਕੀ ਬਣਿਆ, ਅੱਜ ਤੱਕ ਸ਼ਾਇਦ ਉਹ ਸਸਪੈਂਡ ਵੀ ਨਹੀਂ ਹੋਏ। ਫਰੀਦਕੋਟ 'ਚ ਪੁਲਿਸ ਵੱਲੋਂ ਮੁੰਡਾ ਚੁੱਕ ਕੇ ਲਾਸ਼ ਵੀ ਖੁਰਦ ਬੁਰਦ ਕਰ ਦਿੱਤੀ ਜਾਂਦੀ ਹੈ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਿ ਹੁਆ ਅਪਹਰਨ ਕਾਨੂੰਨ ਕਾ ਪੂਰੀ ਜਨਤਾ ਮੌਨ, ਦੋਸ਼ੀ ਥਾਣੇਦਾਰ ਹੈ ਰਪਟ ਲਿਖਾਏ ਕੌਣ। ਰਾਜੇ ਮਹਾਰਾਜਿਆਂ ਦੇ ਸਮੇਂ ਤੋਂ ਪੁਲਿਸ ਬਣੀ ਹੈ ਔਰ ਇਹਨਾਂ ਦਾ ਕੰਮ ਹੁੰਦਾ ਸੀਗਾ ਕਿ ਹਰ ਕਮਿਊਨਿਟੀ 'ਚ ਹਰ ਸੁਸਾਇਟੀ 'ਚ ਮਾੜੇ ਬੰਦੇ ਹੁੰਦੇ ਆ ਉਹਨਾਂ ਨੂੰ ਕੰਟਰੋਲ ਕਰਨ ਲਈ, ਇਹਨਾਂ ਨੂੰ ਲੋਕਾਂ ਦੇ ਦਿੱਤੇ ਟੈਕਸ ਦੇ ਵਿੱਚੋਂ ਪੈਸੇ ਜਿਹੜੇ ਦਿੱਤੇ ਜਾਂਦੇ ਸੀ ਉਹਦੇ ਨਾਲ ਇਹਨਾਂ ਨੂੰ ਤਨਖਾਹ ਮਿਲਦੀ ਸੀ ਕਿ ਇਹ ਲੋਕਾਂ ਦੀ ਸੁਰੱਖਿਆ ਕਰ ਸਕਣ ਤੇ ਜੇ ਇਹ ਖੁਦ ਹੀ ਇਹ ਮਾੜੇ ਜਿਹੜੇ ਕੰਮ ਕਰਨ ਲੱਗ ਪਏ ਫਿਰ ਇਸ ਦੇਸ਼ ਦਾ ਰੱਬ ਹੀ ਰਾਖਾ, ਸਾਡੀ ਪੁਲਿਸ ਚਲਾਨ ਕੱਟ ਸਕਦੀ ਹੈ, ਪੈਸੇ ਲੈ ਸਕਦੀ ਹੈ, ਕੁੱਟ ਲੋਕਾਂ ਨੂੰ ਮਾਰ ਕੁੱਟ ਕਰ ਸਕਦੀ ਹੈ ਪਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ। ਕਿਸੇ ਦਾ ਪੁੱਤ ਮਰਿਆ ਹੋਵੇ, ਕਿਸੇ ਦੀ ਬੇਟੀ ਦਾ ਰੇਪ ਹੋਇਆ ਹੋਵੇ, ਪੁਲਿਸ ਪੀੜਤਾਂ ਤੋਂ ਵੀ ਪੈਸੇ ਲੈਂਦੀ ਹੈ। ਕਦੀ ਦੋਸ਼ੀਆਂ 'ਤੇ ਰੇਡ ਕਰਨ ਲਈ ਗੱਡੀ 'ਚ ਤੇਲ ਪਾਉਣ ਦੇ ਨਾਮ ਦੇ ਉੱਤੇ, ਕਦੀ ਚਲਾਨ ਪੇਸ਼ ਕਰਨ ਲਈ ਕਾਗਜ਼ਾਂ ਦੇ ਨਾਮ ਦੇ ਉੱਤੇ। ਵੱਡੇ ਵੱਡੇ ਕ੍ਰਾਈਮ ਜਿਵੇਂ ਗੋਲੀ ਚੱਲਦੀ ਹੈ, ਰੇਪ ਹੁੰਦਾ ਹੈ, ਇਹਨਾਂ ਕੇਸਾਂ 'ਚ ਵੀ ਪੁਲਿਸ ਕਈ ਕਈ ਦਿਨ ਪਰਚਾ ਦਰਜ ਨਹੀਂ ਕਰਦੀ ਬਲਕਿ ਰਾਜ਼ੀਨਾਮਾ ਕਰਾਉਣ 'ਚ ਲੱਗ ਜਾਂਦੀ ਹੈ ਪੈਸੇ ਲੈ ਕੇ ਅਮੀਰ ਆਦਮੀਆਂ ਕੋਲੋਂ, ਕਿਉਂਕਿ ਗਰੀਬ ਨੂੰ ਜੀਣ ਦਾ ਅਤੇ ਇਨਸਾਫ ਦਾ ਕੋਈ ਹੱਕ ਹੀ ਨਹੀਂ ਹੈਗਾ। ਭਾਰਤ ਦੇ ਵਿੱਚ ਇੱਕ ਸੁਪਰਵਾਈਜ਼ਰ ਰੱਖਿਆ ਹੋਵੇ ਨਾ ਫੈਕਟਰੀ ਦੇ ਵਿੱਚ, ਸਿਰਫ 10,000 ਰੁਪਈਆ ਤਨਖਾਹ ਲੈਂਦਾ ਅਤੇ ਉਹ ਫੈਕਟਰੀ ਜਾਂ ਦੁਕਾਨ 'ਤੇ ਜਿੱਥੇ ਵੀ ਰੱਖਿਆ ਹੋਵੇ ਉਹਦੀ ਜ਼ਿੰਮੇਵਾਰੀ ਹੁੰਦੀ ਹੈ, ਦੁਕਾਨ 'ਚ ਚੋਰੀ ਨਾ ਹੋਵੇ, ਦੁਕਾਨ 'ਚ ਕੋਈ ਅਭੀ ਨਬੀ ਨਾ ਹੋਵੇ, ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ। ਪਰ ਲੱਖਾਂ ਰੁਪਈਆ ਤਨਖਾਹਾਂ ਲੈਣ ਵਾਲੇ SHO ਜੇ ਉਹਦੇ ਇਲਾਕੇ 'ਚ ਕਿਤੇ ਲੁੱਟ ਹੋ ਜਾਵੇ, ਚੋਰੀ ਹੋ ਜਾਵੇ, ਰੇਪ ਹੋ ਜਾਵੇ, ਕਤਲ ਹੋ ਜਾਵੇ, ਉਹਦੀ ਜ਼ਿੰਮੇਵਾਰੀ ਕਿਤੇ ਵੀ ਨਹੀਂ ਅੱਜ ਤੱਕ ਤੈਅ ਕੀਤੀ ਜਾਂਦੀ, ਜਦਕਿ ਉਹਨੂੰ ਤਨਖਾਹ ਜਿਹੜੀ ਉਹ ਜੁਰਮ ਰੋਕਣ ਦੀ ਮਿਲਦੀ ਹੈ। ਅਤੇ ਜੇ ਪੁਲਿਸ ਕੰਮ ਵੀ ਕਰਦੀ ਹੈ ਤੇ ਸਿਰਫ ਅਮੀਰਾਂ ਲਈ ਤੇ ਤਗੜੇ ਪੋਲੀਟੀਸ਼ੀਅਨ ਲਈ। ਆਜ਼ਮ ਖਾਂ ਜਿਹੜਾ UP ਦਾ ਮੰਤਰੀ ਰਿਹਾ ਉਹਦੀ ਗਵਾਚੀ ਜਿਹੜੀ ਮੱਝ ਆ ਉਹ 3 ਦਿਨਾਂ 'ਚ ਲੱਭ ਸਕਦੀ ਹੈ ਪਰ ਕਿਸੇ ਗਰੀਬ ਦਾ ਕਾਤਲ 3-3 ਸਾਲ ਨਹੀਂ ਲੱਭਦਾ। ਗਰੀਬ ਦਾ ਤਾਂ ਉਹ ਹਾਲ ਹੈ ਕਿ ਨਾ ਤੜਪਨੇ ਕੀ ਇਜਾਜ਼ਤ ਹੈ ਨਾ ਫਰਿਆਦ ਕੀ, ਗੁੱਟ ਗੁੱਟ ਕੇ ਮਰ ਜਾਓ ਯਹੀ ਮਰਜ਼ੀ ਹੈ ਮੇਰੇ ਸਯਾਦ ਕੀ। ਭਾਰਤੀਆਂ ਕੋਲ ਤੇ ਸਿਰਫ ਇੱਕ ਹੀ ਤਰੀਕਾ ਰਹਿ ਗਿਆ ਜਿਹੜਾ ਇਨਸਾਫ ਲੈਣ ਦਾ, ਉਹ ਹੈਗਾ ਸੋਸ਼ਲ ਮੀਡੀਆ ਤੇ, ਫੇਸਬੁੱਕ ਤੇ ਵਟਸਐਪ। ਉਹਦੇ ਰਾਹੀਂ ਜੇ ਇਨਸਾਫ ਮਿਲ ਜੇ ਤੇ ਮਿਲ ਜੇ, ਨਹੀਂ ਤੇ ਕੋਈ ਇਨਸਾਫ ਦੀ ਆਸ ਨਹੀਂ ਹੈਗੀ। ਮੈਂ ਤੇ ਫਿਰ ਇਹ ਕਹੂੰਗਾ ਕਿ ਸਾਡੇ ਆਪਣਿਆਂ ਦੇ ਰਾਜ ਕਰਨ ਵਾਲੋਂ ਤੇ ਕਿਤੇ ਅੰਗਰੇਜ਼ ਜ਼ਿਆਦਾ ਚੰਗੇ ਸੀ ਜਿਹੜੇ ਸਾਡੇ ਤੇ ਰਾਜ ਕਰਦੇ ਸੀ, ਕਿਉਂਕਿ ਅੱਜ ਵੀ ਜੇ ਸਾਨੂੰ ਕਿਤੇ ਇਨਸਾਫ ਦਵਾ ਰਹੇ ਆ, ਸਾਰੇ ਸਾਡੇ ਮੁੱਦੇ ਚੁੱਕ ਰਹੇ ਆ ਪੰਜਾਬ ਦੇ, ਤੇ ਉਹ ਫੇਸਬੁੱਕ ਤੇ ਵਟਸਐਪ ਆ, ਸੋਸ਼ਲ ਮੀਡੀਆ ਦੇ ਉੱਤੇ ਮੁੱਦੇ ਚੁੱਕੇ ਜਾਂਦੇ ਆ। ਫਿਰ ਤੇ ਮੈਂ ਇਹੋ ਕਹੂੰਗਾ ਕਿ ਫੇਸਬੁੱਕ ਦਾ ਜਿਹੜਾ ਮਾਲਕ ਹੈ ਮਾਰਕ ਜ਼ੁਕਰਬਰਗ, ਉਹਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿਓ, ਤੇ ਵਟਸਐਪ ਦਾ ਜਿਹੜਾ ਮਾਲਕ ਹੈ ਜੈਨਕੌਮ, ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿਓ, ਸ਼ਾਇਦ ਭਾਰਤ ਦੇ ਹਾਲਾਤ ਸੁਧਰ ਜਾਣ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਵੀ ਪੁੱਛਣਾ ਚਾਹੁੰਦਾ ਕਿ ਤੁਸੀਂ ਬੜਾ ਘੁੰਮਦੇ ਹੋ ਬਾਹਰਲੇ ਮੁਲਕਾਂ ਦੇ ਵਿੱਚ, ਵੱਡੇ ਵੱਡੇ ਬੰਦਿਆਂ ਨੂੰ ਮਿਲਦੇ ਹੋ, ਕਦੇ ਟਰੰਪ ਨੂੰ, ਕਦੇ ਪੁਤਿਨ ਨੂੰ, ਕਦੇ ਟਰੂਡੋ ਨੂੰ, ਤੇ ਉਹਨਾਂ ਨਾਲ ਗੱਲਾਂ ਕਰਦੇ ਹੋ ਅੱਤਵਾਦ ਖਤਮ ਕਰਨ ਦੀਆਂ। ਉਹਨਾਂ ਨੇ ਅੱਗੋਂ ਕਦੀ ਤੁਹਾਨੂੰ ਇਹ ਗੱਲ ਨਹੀਂ ਕਹੀ ਅੱਤਵਾਦ ਬਾਅਦ 'ਚੋਂ ਨਜਿੱਠ ਲਿਓ, ਜੋ ਤੁਹਾਡੇ ਆਪਣੇ ਦੇਸ਼ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ, ਪਹਿਲਾਂ ਉਹਨਾਂ ਨੂੰ ਰੋਕ ਲਓ। ਹਿੰਸਕ ਪੁਲਿਸ ਕਹਿ ਲਓ ਜਾਂ ਅੱਤਵਾਦੀ ਪੁਲਿਸ ਕਹਿ ਲਓ, ਇਹ ਤੇ ਕੰਟਰੋਲ ਨਹੀਂ ਹੁੰਦੀ ਸਾਥੋਂ, ਤੇ ਗੱਲਾਂ ਅਸੀਂ ਅੱਤਵਾਦ ਨੂੰ ਕੰਟਰੋਲ ਕਰਨ ਦੀਆਂ ਕਰਦੇ ਹਾਂ। ਜਿਹੜੇ ਘਰ 'ਚ ਅੱਤਵਾਦੀ ਬੈਠੇ ਆ, ਜਿਨ੍ਹਾਂ 'ਚ ਰੇਪਿਸਟ, ਚੋਰ, ਕਾਤਲ, ਲੁੱਟਾਂ ਖੋਹਾਂ ਕਰਨ ਵਾਲੇ ਤੇ ਦਰਿੰਦੇ ਪੁਲਿਸ ਵਾਲੇ ਆ, ਪਹਿਲਾਂ ਇਹਨਾਂ ਨੂੰ ਖਤਮ ਕਰੋ, ਪਾਕਿਸਤਾਨ ਨਾਲ ਫੇਰ ਹੋ ਜਾਇਓ ਜਿਵੇਂ ਤੁਸੀਂ ਬਾਲਾਕੋਟ 'ਚ ਕੀਤਾ। ਉਸੇ ਤਰੀਕੇ ਦੇਸ਼ 'ਚ ਬੈਠੇ ਦੇਸ਼ ਦੇ ਜਿੰਨੇ ਦੁਸ਼ਮਣ ਆ, ਜਿਹੜੇ ਕ੍ਰਾਈਮ ਕਰਨ ਵਾਲੇ ਆ, ਇਹਨਾਂ ਸਾਰਿਆਂ ਨੂੰ ਇੱਕੋ ਥਾਂ 'ਤੇ ਇਕੱਠੇ ਕਰਕੇ ਇਹਨਾਂ ਦੇ ਉੱਤੇ ਵੀ ਸਰਜੀਕਲ ਸਟ੍ਰਾਈਕ ਕਰਕੇ ਇਹਨਾਂ ਦਾ ਸਫਾਇਆ ਕਰ ਦਿਓ।
ਨਾਸਾ ਵਰਗਾ, ਪਿੱਛੇ ਜੇ ਮੈਂ ਬਿਆਨ ਸੁਣਦਾ ਸੀਗਾ ਕਿ ਨਾਸਾ ਵਰਗਾ ਆਪਣਾ ਸਪੇਸ ਸੈਂਟਰ ਖੋਲ੍ਹਣ ਦੀਆਂ ਤੁਸੀਂ ਗੱਲਾਂ ਕਰਨ ਵਾਲੇ ਹੋ, ਪਹਿਲਾਂ ਘਰ 'ਚ ਬੈਠੇ ਅੱਤਵਾਦੀਆਂ ਦੀਆਂ ਨਾਸਾਂ 'ਤੇ ਬੰਦ ਕਰ ਲਓ, 384,000 ਕਿਲੋਮੀਟਰ ਦੂਰ ਚੰਦਰਮਾ 'ਤੇ ਜਾਣ ਤੋਂ ਪਹਿਲਾਂ 150 ਫੁੱਟ ਡੂੰਘੇ ਬੋਰ 'ਚ ਜਾਣ ਦਾ ਰਸਤਾ 'ਤੇ ਲੱਭ ਲਓ। ਸੋ ਕਹਿਣ ਦਾ ਮਤਲਬ ਹੈ ਕਿ ਡਿਜੀਟਲ ਇੰਡੀਆ, ਸਮਾਰਟ ਇੰਡੀਆ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਹੋਣੀ ਵੀ ਜ਼ਰੂਰੀ ਹੈ। ਅਖੀਰ 'ਚ ਮੈਂ ਪੁਲਿਸ ਵਾਲਿਆਂ ਨੂੰ ਇਹੀ ਕਹੂੰਗਾ ਕਿ ਆਪਣਾ ਅਕਸ ਸੁਧਾਰੋ, ਅਮਨ ਪਸੰਦ ਲੋਕਾਂ 'ਚ ਆਪਣੀ ਦਹਿਸ਼ਤ ਖਤਮ ਕਰੋ, ਕਿਉਂਕਿ ਅੱਜ ਦੀ ਤਰੀਕ 'ਚ ਤੁਹਾਡੇ ਹਾਲਾਤ ਇਹ ਹੈ ਕਿ ਜਿਨ੍ਹੇ ਹਮ ਹਾਰ ਸਮਝ ਬੈਠੇ ਥੇ ਗਲਾ ਅਪਣਾ ਸਜਾਨੇ ਕੋ, ਵਹੀ ਅਬ ਨਾਗ ਬਨ ਬੈਠੇ ਹਮੀ ਕੋ।